ਜਲੰਧਰ ਦੇ ਨੇੜਲੇ ਪਿੰਡ ਬਜਰੰਗਾ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਆਲਟੋ ਗੱਡੀ ਵਿੱਚ ਸਵਾਰ ਸਨ ਅਤੇ ਜੰਮੂ ਤੋਂ ਜਲੰਧਰ ਵੱਲ ਆ ਰਹੇ ਸੀ। ਜਿਵੇਂ ਹੀ ਗੱਡੀ ਬਜਰੰਗਾ ਕੋਲ ਪਹੁੰਚੀ ਤਾਂ ਸਾਹਮਣੇ ਆ ਰਹੀ ਇਨੋਵਾ ਕਾਰ ਨਾਲ ਉਹਨਾਂ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਦੌਰਾਨ ਇਨੋਵਾ ਕਾਰ ਵਿੱਚ ਸਵਾਰ ਵਿਅਕਤੀ ਵੀ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ 2 ਔਰਤਾਂ ਅਤੇ 3 ਪੁਰਸ਼ ਸਨ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਆਲਟੋ ਗੱਡੀ ਵਿੱਚ ਬੁਰੀ ਤਰ੍ਹਾਂ ਫਸ ਗਈਆਂ, ਜਿਨ੍ਹਾਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਗੱਡੀ 'ਚੋਂ ਬਾਹਰ ਕੱਢਿਆ ਗਿਆ। ਇਨੋਵਾ ਕਾਰ ਸਵਾਰ ਵਿਅਕਤੀਆਂ ਨੂੰ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਸੀ ਅਤੇ ਆਲਟੋ 'ਚ ਸਵਾਰ ਮ੍ਰਿਤਕਾਂ ਦੀ ਫਿਲਹਾਲ ਪਹਿਚਾਣ ਨਹੀਂ ਹੋ ਸਕੀ ਅਤੇ ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰੇ ਨਾ ਫੋਨ ਆਇਆ ਸੀਗਾ ਵੀ ਇੱਕ ਆਲਟੋ ਗੱਡੀ ਜਿਹੜੀ ਹੈ ਨਾ ਜੰਮੂ ਤੋਂ ਜਲੰਧਰ ਜਾ ਰਹੀ ਸੀ ਅਤੇ ਉਹਦਾ ਜਿਹੜਾ ਹੈਗਾ ਜਾਂ ਡਰਾਈਵਰ ਨੂੰ ਝਪਕੀ ਆ ਗਈ ਹੋਊ ਜਾਂ ਉਹਦਾ ਟਾਇਰ ਫਟਣ ਦੀ ਗੱਡੀ ਹੈਗੀ ਹੈ ਡਿਵਾਈਡਰ ਤੋਂ ਦੂਸਰੀ ਸਾਈਡ ਆ ਗਈ ਅਤੇ ਉੱਧਰੋਂ ਆਉਂਦੀ ਜਿਹੜੀ ਇਨੋਵਾ ਸੀਗੀ ਜਲੰਧਰ ਤੋਂ ਭੋਪਰ ਸਾਈਡ ਆ ਰਹੀ ਸੀ ਦੋਵਾਂ ਉਹਦੇ ਵਿੱਚ ਟਕਰਾਈ ਆ ਅਤੇ ਜਿਹੜੀ ਆਲਟੋ ਸਵਾਰ ਸੀਗੇ ਨਾ 5 ਬੰਦੇ 2 ਲੇਡੀ ਸੀਗੀ 3 ਜੈਂਟ ਸੀਗੇ ਉਹਨਾਂ ਦੀ ਜਿਹੜੀ ਮੌਕੇ 'ਤੇ ਮੌਤ ਹੋ ਗਈ ਅਤੇ ਜਿਹੜੇ ਇਨੋਵਾ ਸਵਾਰ ਹੈਗੇ ਆ ਉਹਨਾਂ ਦੇ ਵੀ ਟੱਕਰਾਂ ਲੱਗੀਆਂ ਹੈਗੀਆਂ।